ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਦੇਸ਼ਵਿਦੇਸ਼ ਦੇ ਦਸਤਖੰਦਾਂ ਇਸ ਵਿੱਚ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਆਪਰੇਸ਼ਨ ਗੁਜਰਾਤ ਦੇ ਬਾਅਦ ਬਰਾਲਾ ਤੇ ਹੋਏਗਾ ਫੈਸਲਾ ਰਾਜ ਸਭਾ ਦੀ ਜਿੱਤ ਦੀ ਰਣਨੀਤੀ ਵਿੱਚ ਜੁਟੇ ਅਮਿਤ ਸ਼ਾਹ ਹਾਈ ਕੋਰਟ ਨੇ ਆਖਿਆ ਨੈਸ਼ਨਲ ਫੜੇ ਲੋਕਾਂ ਦੀ ਪੁਲਿਸ ਦੀ ਕਹਾਣੀ ਇੱਕੋ ਵਰਗੀ ਕਿਉਂ ਪੰਜਾਬ ਹਰਿਆਣਾ ਦੇ ਨਾਕਿਆਂ ਤੇ ਪੈਟਰੋਲਿੰਗ ਦੌਰਾਨ ਵੀਡੀਓ ਰਿਕਾਰਡਿੰਗ ਜ਼ਰੂਰੀ ਕਰਨ ਦੇ ਹੁਕਮ ਦਿੱਤੇ ਮਾਂਸਾ ਵਿੱਚ ਕਰਜ਼ੇ ਤੋਂ ਤੰਗ ਦੋ ਕਿਸਾਨਾਂ ਨੇ ਜਾਨ ਦਿੱਤੀ ਨਵਜੋਤ ਸਿੱਧੂ ਦਾ ਦੋਸ਼ ਪੰਜਾਬ ਡੋਬ ਰਿਆ ਸੀ ਤੇ ਬਾਦਲ ਦੀ ਮੌਜ ਸੀ ਮਜੀਠੀਆ ਦਾ ਦੋਸ਼ ਕਾਂਗਰਸ ਦੇ ਰਾਜ ਵਿੱਚ ਵਧਿਆ ਅਪਰਾਧ ਤੇ ਆਮ ਆਦਮੀ ਪਾਰਟੀ ਨੇ ਕਿਹਾ ਨਸ਼ਾ ਬੰਦ ਹੋਣ ਦਾ ਦਾਵਾ ਨਿਕਲਿਆ ਝੂਠਾ ਐਸਜੀਪੀਸੀ ਤੇ ਲੱਗੀਆਂ ਨਜ਼ਰਾਂ ਅਕਾਲੀ ਜਲਤੇ ਨਿਸ਼ਾਨਾ ਨਗਰ ਨਿਗਮ ਅਤੇ ਐਸਜੀਪੀਸੀ ਦੀਆਂ ਚੋਣਾਂ ਦੀ ਤਿਆਰੀ ਵਿੱਚ ਕਾਂਗਰਸ ਮੋਗਾ ਵਿਖੇ ਰਖੜੀ ਤੋਂ ਪਹਿਲਾਂ 4 ਘਰਾਂ ਵਿੱਚ 76 ਵਿਸ਼ੇ ਕੋਟੀ ਸਿੰਘ ਖਾਨ ਨੇੜੇ ਕਾਰ ਟਰੱਕ ਦੀ ਟੱਕਰ ਵਿੱਚ 4 ਨੌਜਵਾਨਾਂ ਦੀ ਮੌਤ ਅਤੇ ਪੰਜਾਬ ਦੇ ਕਰਜ਼ੇ ਬਾਰੇ ਕੈਪਟਨ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਅੱਜ ਬਾਬਰੀ ਵਿਵਾਦ ਸੁਪਰੀਮ ਕੋਰਟ ਵੱਲੋਂ ਬੈਂਚ ਕਾਇਮ ਹੁਣ ਖਬਰਾਂ ਦੀ ਵਿਸਥਾਰ ਚੰਡੀਗੜ੍ਹ ਵਿੱਚ ਆਈ ਐਸ ਅਧਿਕਾਰੀ ਦੀ ਬੇਟੀ ਨਾਲ ਬਦਸਲੋਕੀ ਦੇ ਮਾਮਲੇ ਵਿੱਚ ਚਾਰੇ ਪਾਸਿਓਂ ਹਮਲੇ ਤੋਂ ਅਸਹਿਜ ਸਥਿਤੀ ਵਿੱਚ ਆਈ ਭਾਜਪਾ 1-2 ਦਿਨਾਂ ਵਿੱਚ ਅੰਤਿਮ ਫੈਸਲਾ ਲਏਗੀ ਪਾਰਟੀ ਪ੍ਰਧਾਨ ਅਮਿਤ ਸ਼ਾਦੇ ਗੁਜਰਾਤ ਵਿੱਚ ਰੁਝੇ ਹੋਣ ਕਰਕੇ ਇਸ ਮਾਮਲੇ ਵਿੱਚ ਹਰਿਆਣਾ ਸੂਬਾ ਦੇ ਪ੍ਰਧਾਨ ਸੁਬਾਸ਼ ਬਰਾਲਾ ਦੇ ਭਵਿੱਖ ਤੇ ਅੰਤਿਮ ਫੈਸਲਾ ਨਹੀਂ ਹੋ ਸਕਿਆ ਹਾਲਾਂਕਿ ਕੱਲ ਮਸਲੇ ਦੇ ਵਿੱਚ ਵਿਵਾਦ ਖਤਮ ਕਰਨ ਲਈ ਦੋ ਬਦਲ ਤੇ ਹਾਈ ਕਮਾਂਡ ਨੇ ਗੰਭੀਰ ਮੰਥਨ ਕੀਤਾ ਇਸ ਤੋਂ ਪਹਿਲਾਂ ਬਰਾਲਾ ਦੇ ਦੋਸ਼ੀ ਬੇਟੇ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਰੀਏ ਦੇ ਹਰਿਆਣਾ ਦੇ ਪ੍ਰਧਾਨ ਨੂੰ ਬਚਾਉਣ ਤੇ ਦੂਜਾ ਬਰਾਲਾ ਦਾ ਅਸਤੀਫਾ ਲੈ ਕੇ ਵਿਵਾਦ ਨੂੰ ਪੂਰੀ ਤਰ੍ਹਾਂ ਠੰਡਾ ਕਰਨ ਦਾ ਬਦਲ ਦਿੱਤਾ ਸੀ ਗਮਾ ਗਮੀ ਵਿਚਕਾਰ ਹਰਿਆਣਾ ਭਾਜਪਾ ਦੇ ਟਵਿੱਟਰ ਹੈਂਡਲ ਤੇ ਪ੍ਰਭਾ ਪਰਿਵਾਰੀ ਜੈਨ ਦੇ ਹਵਾਲੇ ਨਾਲ ਬਰਾਲਾ ਦੇ ਖਿਲਾਫ ਕਾਰਵਾਈ ਨਾ ਦੇਣ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਲੋਕਾਂ ਨੇ ਇਸ ਜਾਣਕਾਰੀ ਨੂੰ ਲੈ ਕੇ ਭਾਜਪਾ ਦੇ ਹੀ ਟਵਿੱਟਰ ਹੈਂਡਲ ਤੇ ਹਮਲਾ ਬੋਲਣਾ ਸ਼ੁਰੂ ਕਰ ਦਿੱਤਾ। ਮਹਿਜ ਡੇਢ ਘੰਟੇ ਬਾਅਦ ਇਸ ਨਾਲ ਸੰਬੰਧਿਤ ਟਵੀਟ ਨੂੰ ਹਟਾ ਲਿਆ ਗਿਆ। ਇਸ ਮਾਮਲੇ ਵਿੱਚ ਚੰਡੀਗੜ੍ਹ ਭਾਜਪਾ ਦੇ ਉਪਰਧਾਨ ਰਾਮੀਰ ਪੱਟੀ ਵੀ ਆਪਣੇ ਦਿੱਤੇ ਬਿਆਨ ਤੋਂ ਵਿਵਾਦਾਂ ਵਿੱਚ ਆ ਗਏ। ਪੱਟੀ ਵੱਲੋਂ ਨਿੱਜੀ ਚੈਨਲ ਨੂੰ ਦਿੱਤਾ ਗਿਆ ਬਿਆਨ ਕਿ ਸੋਸ਼ਲ ਮੀਡੀਆ ਤੇ ਰੌਲਾ ਐਵੇਂ ਪੈ ਗਿਆ ਹੈ। ਟੀਵੀ ਚੈਨਲ ਦਾ ਜ਼ਾਬਾ ਕੀ ਪੱਟੀ ਨੇ ਇਹ ਬਿਆਨ ਰਾਤ 12 ਵਜੇ ਤੋਂ ਬਾਅਦ ਲੜਕੀਆਂ ਨੂੰ ਬਾਹਰ ਨਾ ਕੱਢਣ ਦੇਣ ਦੇ ਦਿੱਤਾ ਜਦਕਿ ਪੱਟੀ ਨਾਲ ਇਸ ਨਾਲ ਇਸ ਬੰਦੀ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਸਿਰਫ ਇਹ ਆਖਿਆ ਸੀ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਚਾਹੇ ਬੇਟੀ ਹੋਵੇ ਜਾਂ ਬੇਟਾ ਮੰਗਲਵਾਰ ਨੂੰ ਵਿਰੋਧੀ ਧਿਰ ਸੰਸਦ ਦੇ ਵਿੱਚ ਵੀ ਇਸ ਮੁੱਦੇ ਨੂੰ ਚੁੱਕਣ ਦੀ ਤਿਆਰੀ ਵਿੱਚ ਹੈ ਕਾਂਗਰਸ ਨੇ ਇਸ ਮਸਲੇ ਨੂੰ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੇ ਜਾਂਚ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਾਇਆ ਹੈ ਕਾਂਗਰਸ ਸਪੀਚ ਪਰ ਦਾਨ ਰਾਹੁਲ ਗਾਂਧੀ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਸਿੱਧਾ ਮੋਦੀ ਸਰਕਾਰ ਤੇ ਹਮਲਾ ਬੋਲਿਆ। ਰਾਸ਼ਟਰੀ ਮੈਲਕ ਕਮਿਸ਼ਨ ਨੇ ਮਾਮਲੇ ਦਾ ਸਖਤ ਨੋਟਿਸ ਲਿਆ ਕਮਿਸ਼ਨ ਨੇ ਸੂਬੇ ਦੇ ਡੀਜੀਪੀ ਤੋਂ ਤੁਰੰਤ ਵਿਸਤਾਰਿਤ ਰਿਪੋਰਟ ਤਾਲਬ ਕਰਦਿਆਂ ਜਾਂਚ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਵਰਤਣ ਦੇ ਹੁਕਮ ਦਿੱਤੇ ਨੇ। ਐਨਡੀਪੀਐਸ ਮਸਲਿਆਂ ਵਿੱਚ ਨਸ਼ਿਆਂ ਦੇ ਨਾਲ ਦੋਸ਼ੀਆਂ ਨੂੰ ਫੜਨ ਤੇ ਪੁਲਿਸ ਦੀਆਂ ਕਹਾਣੀਆਂ ਨੂੰ ਇੱਕੋ ਵਰਗੀਆਂ ਦੱਸਦਿਆਂ ਹਾਈ ਕੋਰਟ ਨੇ ਐਸੇ ਹਰ ਮਾਮਲੇ ਦੀ ਵੀਡੀਓ ਰਿਕਾਰਡਿੰਗ ਜ਼ਰੂਰੀ ਕਰਨ ਤੇ ਹਰਿਆਣਾ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਇਸ ਦੇ ਨਾਲ ਹੀ ਦੋਨਾਂ ਸੂਬਿਆਂ ਨੂੰ ਇਹ ਦੱਸਣਾ ਹੋਵੇਗਾ ਕਿ ਉਹਨਾਂ ਦੇ ਇਲਾਕਿਆਂ ਵਿੱਚ ਕਿੰਨੇ ਪੁਲਿਸ ਸਟੇਸ਼ਨ ਨੇ ਤੇ ਹਰ ਪੁਲਿਸ ਸਟੇਸ਼ਨ ਵਿੱਚ ਦਾਖਲ ਹੋਣ ਅਤੇ ਉਹਨਾਂ ਦੇ ਬਾਹਰ ਨਿਕਲਣ ਦੀ ਗਿਣਤੀ ਕਿੰਨੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੁਲਿਸ ਵੱਲੋਂ ਲੋਕਾਂ ਨੂੰ ਨਜਾਇਜ਼ ਹਿਰਾਸਤ ਵਿੱਚ ਵਾਧੇ ਮਾਮਲਿਆਂ ਤੇ ਖੁਦ ਨੋਟਿਸ ਲੈਂਦੇ ਆ ਸੁਣਵਾਈ ਆਰੰਭ ਕੀਤੀ ਹੈ ਹਾਈ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਹਰਿਆਣਾ ਪੰਜਾਬ ਦੇ ਹਰ ਥਾਣੇ ਦੇ ਮੁੱਖ ਦਵਾਰ ਤੇ ਉਸ ਤੋਂ ਨਾਲ ਹੀ ਲੌਕਅਪ ਤੇ ਸੀਸੀਟੀਵੀ ਕੈਮਰੇ ਲੌਨ ਜਾਂਚ ਨਾਕੇ ਤੇ ਪੈਟਰੋਲਿੰਗ ਦੌਰਾਨ ਵੀਡੀਓ ਰਿਕਾਰਡਿੰਗ ਕਰਨ ਤੇ ਜਵਾਬ ਮੰਗਿਆ ਸੀ ਹਾਈ ਕੋਰਟ ਨੇ ਕਿਹਾ ਸੀ ਕਿ ਮੋਬਾਈਲ ਪੈਟਰੋਲ ਯੂਨਿਟ ਵੀਡੀਓ ਰਿਕਾਰਡਿੰਗ ਕਰੇ ਤਾਂ ਜੋ ਜਿਸ ਮੌਕੇ ਤੇ ਪੁਲਿਸ ਪੌਂਚ ਸਕੇ ਉਸ ਨੂੰ ਰਿਕਾਰਡ ਕੀਤਾ ਜਾ ਸਕੇ ਨੇਂਦਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਖੜੀ ਦਾ ਤਿਹਾਰ ਹੈ ਜੋ ਪੂਰੇ ਪੰਜਾਬ ਚ ਬੜੀ ਸ਼ਰਧਾ ਸਤਕਾਰ ਤੇ ਮੋਹ ਤੇ ਉਹ ਨਾਲ ਮਨਾਇਆ ਜਾਂਦਾ ਹੈ ਔਰ ਭੈਣਾਂ ਨੇ ਆਪਣੇ ਵੀਰਾਂ ਦੇ ਗੋਟਾਂ ਤੇ ਰਖੜੀਆਂ ਸਜਾਈਆਂ ਬਾਜ਼ਾਰਾਂ ਦੇ ਵਿੱਚ ਖੂਬ ਚਹਿਲ ਪਹਿਲ ਰਹੀ ਮਠਿਆਈ ਦੀਆਂ ਦੁਕਾਨਾਂ ਵੀ ਫੱਭੀਆਂ ਰਖੜੀਆਂ ਦੀਆਂ ਡੋਰੀਆਂ ਤੇ ਵੰਸਵੰਨੀਆਂ ਚਲ ਮਲਾਉਂਦੀਆਂ ਰਖੜੀਆਂ ਦੀਆਂ ਦੁਕਾਨਾਂ ਵੀ ਖੂਬ ਫੱਭੀਆਂ ਔਰ ਬਾਜ਼ਾਰਾਂ ਦੇ ਵਿੱਚ ਗਰਮੀ ਦੇ باوجود ਵੀ ਭੀੜ ਰਹੀ ਔਰ ਭੈਣਾਂ ਵੀਰਾਂ ਦੇ ਪਾਸ ਰਖੜੀ ਬੰਨਣ ਪੁੱਜੀਆਂ ਰਕਈ ਵੀਰ ਪੈਣਾ ਪਾਸ ਰਖੜੀ ਬਣਾਉਣ ਵਾਸਤੇ ਪੁੱਜੇ ਇਸ ਵਾਰੀ ਤਾਂ ਸੋਨੇ ਦੀਆਂ ਰਖੜੀਆਂ ਵੀ ਮਾਰਕਟ ਵਿੱਚ ਆਉਣ ਦੀ ਪੂਰੀ ਪੂਰੀ ਖਬਰ ਦੱਸੀ ਜਾਂਦੀ ਹੈ ਕਈ ਪੈਣਾ ਉਦਾਸ ਹੋਈਆਂ ਰੋਈਆਂ ਟਿੱਡਾਂ ਵਿੱਚ ਮੂੰਹ ਲੈ ਕੇ ਰਖੜੀ ਦੀ ਡੋਰ ਸਹਾਰੇ ਜ਼ਿੰਦਗੀ ਦੀ ਡੋਰ ਲੰਮੀ ਹੋਣ ਦੀ ਦਵਾ ਕੈਂਸਰ ਦੀ ਮਾਰ ਚੱਲ ਰਏ ਘਰਾਂ 'ਚ ਅੱਜ ਵਗੇ ਅਜਜ਼ਬਾਤਾਂ ਹੜ ਬਠਿੰਡਾ ਤੋਂ ਰਿਪੋਰਟ ਹੈ ਜਿਨ੍ਹਾਂ ਪੈਣਾ ਨੇ ਅਮੜੀ ਜਾਏ ਕੈਂਸਰ ਦੀ ਮਾਰ ਹੇਠ ਚੱਲ ਰਹੇ ਨੇ ਉਹਨਾਂ ਘਰਾਂ 'ਚ ਰਖੜੀ ਦੇ ਮੌਕੇ ਭਾਵਕਤਾ ਦਾ ਹੜ ਵਹਿੰਦਾ ਹੈ ਜਦੋਂ ਭੈਣ ਰਖੜੀ ਬੰਨਣ ਆਈ ਤਾਂ ਵੀਰ ਉਸ ਨੂੰ ਵੀ ਪਤਾ ਕਿ ਮੈਂ ਨਹੀਂ ਰਹਿਣਾ ਤੇ ਇਹ ਮੇਰੀ ਆਖਰੀ ਰਖੜੀ ਹੈ ਇਹਨਾਂ ਭੈਣਾਂ ਦੀ ਇੱਕੋ ਕਾਮਨਾ ਕਿ ਖੂਨ ਦੇ ਰਿਸ਼ਤੇ ਦੀ ਤੰਦ ਕਦੇ ਨਾ ਟੁੱਟੇ ਜਦੋਂ ਅੱਜ ਇਹ ਭੈਣਾਂ ਭਰਾਵਾਂ ਦੇ ਗੁੱਟ ਤੇ ਰਖੜੀ ਬੰਨਣ ਗਈਆਂ ਜਾਂ ਬੰਨਣ ਆਈਆਂ ਉਦੋਂ ਇਹ ਰਿਸ਼ਤੇ ਦੀ ਡੋਰ ਸਲਾਮਤੀ ਵਾਸਤੇ ਵੀ ਮੰਗੀ ਕਿ हे ਸੱਚੇ ਪਾਤਸ਼ਾਹ ਮੇਰਾ ਵੀਰ ਜੁਗ-ਜੁਗ ਜੀਵੇ ਬਠਿੰਡਾ ਖੇਤੇ ਦੇ ਇਦਾਂ ਹੀ ਜ਼ਾਰਾ ਘਰ ਆ ਮਾਲਵੇ ਦੇ ਵਿੱਚ ਜਿਨ੍ਹਾਂ ਚ ਜਵਾਨੀ ਤੋਂ ਪਹਿਲਾਂ ਹੀ ਇਹ ਬਿਮਾਰੀ ਪੁੱਜ ਗਈ ਜ਼ਿਲ੍ਹਾ ਮੋਗਾ ਦੇ ਪਿੰਡ ਮਾਛੀਕੇ ਦਾ ਨੰਮੁੰਡਾ ਸੁਖਵਿੰਦਰ ਸਿੰਘ ਦੀ ਭੈਣ ਬਲਜੀਤ ਕਾਰ ਉਹਦੀ ਸੁਖ ਮੰਗਣ ਸੁਖਵਿੰਦਰ ਸਿੰਘ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ ਹਸਪਤਾਲਾਂ 'ਚ ਵੀ ਪੈਣਾ ਵੀਰਾਂ ਦੇ ਰਖੜੀ ਬੰਨਣ ਗਈਆਂ ਰਖੜੀ ਤੋਂ ਇੱਕ ਦਿਨ ਪਹਿਲਾਂ ਹੀ ਭੈਣ ਬਲਜੀਤ ਕੌਰ ਆਪਣੇ ਭਰਾ ਦੇ ਰਖੜੀ ਬੰਨ ਕੇ ਗਈ ਬਠਿੰਡਾ ਦੇ ਪਿੰਡ ਫਤੇਗੜ ਨੌਬਾਦੀ ਭੈਣ ਅਮਨਦੀਪ ਕੌਰ ਲਈਏ ਪਹਿਲੀ ਰਖੜੀ ਆ ਜਦੋਂ ਦਾ ਕੈਂਸਰ ਦਾ ਦੁੱਖ ਚੱਲ ਰਿਹਾ ਹੈ ਭਰਾ ਸੰਦੀਪ ਦਾ ਚਿਹਰਾ ਵੇਖ ਕੇ ਮਨ ਭਰਿਆ 7 ਮਹੀਨੇ ਪਹਿਲਾਂ ਹੀ ਸੰਦੀਪ ਦਾ ਇਲਾਜ ਸ਼ੁਰੂ ਹੋਇਆ ਹੈ ਪਿਤਾ ਦਰਸ਼ਨ ਸਿੰਘ ਕਹਿੰਦਾ ਹੈ ਕਿ ਬੇਟੀ ਅਮਨਦੀਪ ਹਰ ਵਾਰੀ ਰਖੜੀ ਬੰਨਦੀ ਹੈ ਬਠਿੰਡਾ ਖੇਤੇ ਦੇ ਹਜ਼ਾਰਾਂ ਘਰਾਂ 'ਚ ਜਵਾਨੀ ਕੈਂਸਰ ਨਾਲ ਲੜ ਰਹੀ ਹੈ ਔਰ ਕੈਂਸਰ ਨੇ ਜਿੱਥੇ ਘਰਾਂ ਦੀ ਆਰਥਿਕਤਾ ਝੰਬੀ ਹੈ ਉੱਥੇ ਤਿਹਾਰਾਂ ਦਾ ਰੰਗ ਵੀ ਫਿੱਕਾ ਪਾ ਦਿੱਤਾ ਬਠਿੰਡਾ ਦੇ ਪਿੰਡ ਬੁਰਦਚਾਰ ਦੀਆਂ ਭੈਣਾਂ ਲਈ ਆਪਣੇ ਭਰਾ ਅਨਮੋਲ ਦੀਪ ਸੱਚਮੁੱਚ ਅਨਮੋਲ ਹੈ ਜਿਹਨੂੰ 20 ਵਰਿਆਂ ਦੀ ਉਮਰ ਵਿੱਚ ਕੈਂਸਰ ਨਾਲ ਲੜਨਾ ਪੈ ਰਿਹਾ ਹੈ ਅਨਮੋਲ ਦੀਪ ਨੂੰ ਇਲਾਜ ਖਾਤਰ ਆਪਣੀ ਪੜ੍ਹਾਈ ਛੱਡਣੀ ਪੈ ਗਈ ਵੱਡੀ ਭੈਣ ਜਗਜੀਤ ਕੌਰ ਕਹਿੰਦੀ ਹੈ ਕਿ ਕੋਈ ਤਿਹਾਰ ਮਾੜਾ ਸੁਨੇਹਾ ਨਾ ਲਿਆਵੇ ਮਾਨਸਾ ਦੇ ਪਿੰਡ ਸਮਾਉਂ ਦੀ ਇਕਲौती ਭੈਣ ਗਗਨਦੀਪ ਕੌਰ ਰਖੜੀ ਮੌਕੇ ਭਰਾ ਅਮਨਾ ਵਾਸਤੇ ਦੁਆਵ ਮੰਗਣ ਆਈ 22 ਵਰਿਆਂ ਦੇ ਅਮਨਾ ਦੀ ਪੜ੍ਹਾਈ ਵਿਚਾਰੇ ਛੁੱਟ ਗਈ ਇਸ ਤਰ੍ਹਾਂ ਹੋਰ ਕਿੰਨੀਆਂ ਭੈਣਾਂ ਨੇ ਜਿਨ੍ਹਾਂ ਨੇ ਭਰਾਵਾਂ ਦੇ ਦੁੱਖ ਚੱਲੇ ਨਹੀਂ ਜਾ ਰਹੇ ਮਾਲ ਵਿੱਚ ਕੈਂਸਰ ਨੇ ਹਜ਼ਾਰਾਂ ਭੈਣਾਂ ਕੋਲੋਂ ਭਰਾ ਖੋ ਲਏ ਨੇ ਜੋ ਜ਼ਿੰਦਗੀ ਦੀ ਜੰਗ ਲੜ ਰਹੇ ਨੇ ਉਹਨਾਂ ਦੀਆਂ ਭੈਣਾਂ ਵਾਸਤੇ ਦਿਨ ਵੱਡੇ ਤੇ ਕਾਲੇ ਹੋ ਗਏ ਨੇ ਇਹ ਸੀ ਇੱਕ ਵਿਸ਼ੇਸ਼ ਰਿਪੋਰਟ ਰਖੜੀ ਦੀ ਡੋਰ ਸਹਾਰੇ ਜ਼ਿੰਦਗੀ ਦੀ ਡੋਰ ਲੰਮੀ ਹੋਣ ਦੀ ਦੁਆ ਕੈਂਸਰ ਦੀ ਮਾਰ ਚੱਲ ਰਹੇ ਘਰਾਂ ਚ ਜਜ਼ਬਾਤਾਂ ਦਾ ਹੜ੍ਹ ਭਾਰਤ ਅਤੇ ਚੀਨ ਵਿਚਾਲੇ ਬਣੇ ਤਣਾਅ ਦੇ ਮੱਦੇ ਨਜ਼ਰ ਅੱਜ ਚੀਨੀ ਫੌਜਾਂ ਨੇ ਆਖ ਸੁਣਾਇਆ ਹੈ ਕਿ ਉਹ ਭਾਰਤ ਨਾਲ ਯੁੱਧ ਲੜਨ ਲਈ ਯੁੱਧ ਲੜਨ ਵਾਸਤੇ ਤਿਆਰ ਬਰ ਤਿਆਰ ਹਨ ਦੂਜੇ ਵੱਨੇ ਮੁੰਬਈ ਤੋਂ ਖਬਰ ਭਾਰਤ ਦੇ ਸਟਾਰ ਮੁੱਖ ਕੇ ਬਾਜ ਵਿਜੇਂਦਰ ਸਿੰਘ ਨੇ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ ਹੈ ਭਾਰਤ ਚੀਨ ਸਰਦ ਉਤੇ ਸ਼ਾਂਤੀ ਦੇ ਬਦਲੇ ਚੀਨ ਦੇ ਆਪਣੇ ਵਿਰੋਧੀ ਜ਼ੁਲਫੀਕਾਰ ਮਹਿਮਤ ਯਲੀ ਦੀ ਡਬਲਯੂ ਓਰੀਐਂਟਲ ਸੁਪਰ ਮੈਡੀ ਵੈਂਟ ਖਿਤਾਬ ਮੋੜਨ ਦੀ ਪੇਸ਼ਕਾਸ਼ ਕੀਤੀ ਹੈ ਪ੍ਰਸਨ ਮੁਕੀ ਬਾਜੀ ਦੇ ਦੂਰੇ ਚੈਂਪੀਅਨ ਵਜਿੰਦਰ ਨੇ ਭਾਰਤ ਤੇ ਚੀਨ ਨੂੰ ਰਾਤ ਤੇ ਸ਼ਾਂਤੀ ਬਣਾਉਣ ਦੀ ਵੀ ਅਪੀਲ ਕੀਤੀ ਹੈ ਲਾਹੌਰ ਤੋਂ ਖਬਰ ਇੱਕ ਮਹਿਲਾ ਨੇ ਦਾਵਾ ਕੀਤਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਤੀਜੇ ਦੀ ਪਤਨੀ ਹੈ ਵਿਰੋਧੀ ਧਿਰ ਦੇ ਆਗੂ Imran Khan ਤੇ Ayesha Gulalai ਵੱਲੋਂ ਲਾਏ ਗੇ ਛੇੜਛੜ ਦੇ ਦੋਸ਼ਾਂ ਦੀ ਜਾਂਚ ਵਾਂਗ ਉਸਨੇ ਵੀ ਇਸ ਮਾਮਲੇ ਦੀ ਜਾਂਚ ਸੰਸਦੀ ਕਮੇਟੀ ਤੋਂ ਕਰਾਉਣ ਦੀ ਮੰਗ ਕੀਤੀ ਹੈ Ayesha ਹੱਤ ਨੇ ਦਾਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਫਰਜ਼ੰਦ ਹਮਜ਼ਾ ਸ਼ਾਹਬਾਜ਼ ਨੇ ਗੁਪਤ ਤਰੀਕੇ ਨਾਲ 210 ਵਿੱਚ ਲੰਡਨ ਚ ਉਸ ਨਾਲ ਨਿਕਾਹ ਪੜਿਆ ਪਰ ਬਾਅਦ ਚ ਉਸ ਨੂੰ ਛੱਡ ਦਿੱਤਾ ਉਸਨੇ ਦਾਅਵਾ ਕੀਤਾ ਕਿ ਨਵਾਜ਼ ਸ਼ਰੀਫ ਜੀ ਨਕਾਬਾਰੇ ਜਾਣਦੇ ਨੇ ਚੰਡੀਗੜ੍ਹ ਤੋਂ ਰਿਪੋਰਟ ਅਨੁਸਾਰ ਪੰਜਾਬ ਦੀ ਖਸਤਾ مالی ਹਾਲਤ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਜੂਝ ਰਹੇ ਨੇ ਪਰ ਇੱਕ ਪਾਸੇ ਸਿਆਸੀ ਲੰਬੜਦਾਰ ਰਾਸੀ ਤੌਰ ਤੇ ਨਿਯੁਕਤ ਕੀਤੇ ਆਪਣੇ ਸਰਕਾਰੀ ਰਹਿائش ਦੀ ਮੁਰੰਮਤ ਤੇ ਜਨਤਕ ਫੰਡਾਂ ਨੂੰ ਪਾਣੀ ਵਾਂਗ ਵਹਾ ਦਿੱਤਾ ਹੈ ਸੈਕਟਰ 2 ਵਿੱਚ ਸਥਿਤ ਵੱਡੇ ਬੰਗਲੇ ਦੀ ਖਸਤਾ ਹਾਲਤ ਦਾ ਹਵਾਲਾ ਦੇ ਕੇ ਇਸ ਦੀ ਮਰਮਤ ਤੇ 2 ਕਰੋੜ ਰੁਪਏ ੜਾ ਦਿੱਤੇ ਗਏ ਸੂਤਰ ਦੱਸਦੇ ਨੇ ਮਰਮਤ ਤੇ 25 ਲੱਖ ਰੁਪਏ ਲੱਗਤਾਉਣ ਦਾ ਅਨੁਮਾਨ ਸੀ ਪਰ ਬਿਨਾਂ ਲੋੜੀਂਦੀ ਪ੍ਰਵਾਨਗੀ ਦੇ ਕੈਪਟਨ ਦੇ ਸਲਾਹਕਾਰ ਨੇ ਖਰਚ ਨੂੰ ਹੁਣ ਮਨਜ਼ੂਰ ਕਰਾਉਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਨੁਮਾਨਤੋ ਖਰਚ ਟੱਪਣ ਕਾਰਨ ਹੋਣੇ ਮੁੱਦਾ ਸਬੰਧਤ ਰਾਜ ਸੇਵਾ ਅਧਿਕਾਰੀ ਤੇ ਇਸ ਨੂੰ ਮਨਜ਼ੂਰੀ ਦੇਣ ਦੀ ਤਾਕਤ ਰੱਖਣ ਵਾਲਿਆਂ ਦਰਮਿਆਨ ਤਣਾਅ ਦਾ ਕਾਰਨ ਬਣ ਗਿਆ ਹੈ ਇਹ ਦੋਵੇਂ ਧਿਰਾਂ ਬਰਾਬਰ ਦੀਆਂ ਤਾਕਤਵਰ ਨੇ ਇਸ ਮਾਮਲੇ ਨੂੰ ਵਿੱਤ ਵਿਭਾਗ ਤੇ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਇਸ ਤਰ੍ਹਾਂ ਮਸਲਾ ਰਾਸੀ ਤੌਰ ਤੇ ਨਿਯੁਕਤ ਹੋਏ ਇਸ ਵਿਅਕਤੀ ਲਈ ਪਰੇਸ਼ਾਨੀ ਦਾ ਸਬਬ ਵੀ ਬਣ ਗਿਆ ਏ ਚੰਡੀਗੜ੍ਹ ਤੋਂ ਖਬਰ ਨਸ਼ਿਆਂ ਵਿਰੁੱਧ ਬਣਾਈ ਸਪੈਸ਼ਲ ਟਾਸਕ ਫੋਰਸ ਐਸਟੀਐਫ ਨੇ ਪੁਲਿਸ ਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਨ ਦਰਮਿਆਨ ਮੁਕਸਰ ਦੇ ਕੋਠੇ ਹਮਤਪੁਰਾ ਪਿੰਡ ਦੇ ਸਰਪੰਚ ਵਕੀਲ ਉਰਫ ਕਾਲਾ ਤੇ ਉਹਦੇ ਸਾਥੀ ਸੁਖਪ੍ਰੀਤ ਹੈਰੀ ਨੂੰ ਬਠਿੰਡਾ ਦੇ ਸੰਗਤਪੁਰਾ ਪਿੰਡ ਚੋਂ ਗ੍ਰਿਫਤਾਰ ਕਰ ਲਿਆ ਹੈ ਜਇਤੋ ਤੋਂ ਖਬਰ ਗੈਂਗਸਟਰਾਂ ਹੱਥੋਂ ਹਲਾਕ ਹੋਏ ਰਵਿੰਦਰ ਕੋਚੜ ਦੇ ਘਰ ਅਫਸੋਸ ਕਰਨ ਪੁੱਜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਕਾਈ ਦੇ ਪ੍ਰਧਾਨ ਵਿਜੇ ਸੰਪਲਾ ਨੇ ਕਿਹਾ ਗੈਂਗਸਟਰ ਕਾਲੀ ਭਾਜਪਾ ਤੇ 10 ਸਾਲਾਂ ਦੇ ਕਾਰਜਕਾਲ ਦੌਰਾਨ ਵੀ ਸਨ ਦੋ ਦਿਨ ਪਹਿਲਾਂ ਇੱਥੇ ਆਏ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਗੈਂਗਸਟਰਾਂ ਨੂੰ ਕਾਂਗਰਸੀ ਪਦਾਸ਼ ਕਹਿ ਜਾਣ ਨਾਲ ਮੁਤਾਬਕ ਮੁਤਫਿਕ ਨਾ ਹੁੰਦਿਆ ਸੰਪਲਾਂ ਨੇ ਕਿਹਾ ਪਹਿਲਾਂ ਹਾਲਾਤ ਇੰਨੇ ਗੰਦਲੇ ਨਹੀਂ ਸਨ ਪਰ ਕਾਂਗਰਸ ਦੇ 4 ਮਹੀਨਿਆਂ ਦੇ ਕਾਰਜਕਾਲ ਚ ਸਥਿਤੀ ਬਦਤਰ ਹੋ ਗਈ ਹੈ ਜਿਵੇਂ ਕਿ ਪਹਿਲਾਂ ਖਬਰਾਂ ਦੇ ਹਿੱਸੇ ਜ਼ਿਕਰ ਕੀਤਾ ਸੀ ਕੁਲਦੀਪ ਦੀਪਕ ਸਾਹਿਬ ਵੀ ਗਾਉਂਦੇ ਰਹੇ ਕਿ ਪੁੱਛ ਦਿਓ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਛੜੇ ਨੀਰਾਂ ਦਾ ਸ਼ਿਵ ਕੁਮਾਰ ਬਟਾਲਵੀ ਨੂੰ ਉਹਨਾਂ ਨੇ ਬਹੁਤ ਰੂਹ ਨਾਲ ਪੁਖਤਾ ਨਾਲ ਲਗਾਇਆ ਤੁਸੀਂ ਸਾਰਿਆਂ ਨੇ ਸੁਣਿਆ ਔਰ ਤਸਵੀਰਾਂ ਨੇ ਬਿਆਨਿਆ ਇਸ ਫਕੀਰ ਦਾ ਹਾਲ ਚੰਡੀਗੜ੍ਹ ਤੋਂ ਆਈ ਹੈ ਇੱਕ ਵਿਸ਼ੇਸ਼ ਰਿਪੋਰਟ ਚੰਡੀਗੜ੍ਹ ਦੇ ਕਲਾ ਭਵਨ ਚ ਲੱਗੀ ਸ਼ਿਵ ਬਟਾਲਵੀ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਔਰ ਲੇਖਕ ਦੇ ਪਾਕਿਸਤਾਨ ਵਿੱਚਲੇ ਘਰ ਦੀ ਪਹਿਲੀ ਤਸਵੀਰ ਵੀ ਆਈ ਹੈ ਸਾਹਮਣੇ ਚੰਡੀਗੜ੍ਹ ਤੋਂ ਖਬਰ ਬਿਰਹਾ ਦੇ ਸੁਲਤਾਨ ਵਜੋਂ ਮਸ਼ਹੂਰ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀਆਂ ਕੁਝ ਅਨਮੋਲੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਪੰਜਾਬ ਲਲਤ ਕਲਾ ਅਕਾਦਮੀ ਦੀ ਗਵਾਈ ਚ ਕਲਾ ਭਵਨ ਚ ਲਾਈ ਗਈ ਹੈ ਜਿਹੜੀ 14 ਅਗਸਤ ਤੱਕ ਚੱਲਣੀ ਹੈ ਇਸ ਮੌਕੇ ਬਟਾਲਵੀ ਦੇ ਨਿਗੇ ਦੋਸਤ ਮੋਨ ਪੰਡਾਰੀ ਪੰਜਾਬੀ ਦੇ ਉਗੇ ਰਾਈਟਰ ਵੀ ਮੌਜੂਦ ਸਨ ਪਰਦਰਸ਼ਨੀ ਸ਼ਿਵ ਬਟਾਲਵੀ ਦੀਆਂ ਕਰੀਬ 50 ਤਸਵੀਰਾਂ ਲਾਈਆਂ ਗਈਆਂ ਜਿਹੜੀਆਂ ਪਹਿਲਾਂ ਕਦੇ ਸਾਹਮਣੇ ਨਹੀਂ ਆਈਆਂ ਪੰਜਾਬ ਲਲਿਤ ਕਲਾ ਕਾ ਆਦਮੀ ਦੇ ਪ੍ਰਧਾਨ ਦਵੰਦਰ ਮੰਨਾ ਨੇ ਦੱਸਿਆ ਕਿ ਅੱਜ ਦੀ ਪੀੜ੍ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੀ ਇਹ ਪ੍ਰਦਰਸ਼ਨੀ ਲਾਉਣ ਦਾ ਇੱਕੋ ਇੱਕ ਮਕਸਦ ਇਹ ਹੈ ਕਿ ਸਾਰੇ ਇਹ ਸ਼ਖਸੀਅਤੋ ਜਾਣੋ ਹੋਣ ਉਹਨਾਂ ਕਿਹਾ ਕਿ ਤਸਵੀਰਾਂ ਸ਼ਿਵ ਕੁਮਾਰ ਦੀ ਨਿੱਜੀ ਜ਼ਿੰਦਗੀ ਦੀਆਂ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਹੈ ਕਿ ਪਹਿਲੀ ਵਾਰ ਲੋਕਾਂ ਨੂੰ ਬਟਾਲਵੀ ਦਾ ਅਸਲੀ ਕਰ ਵੇਖਣ ਦਾ ਮੌਕਾ ਮਿਲਿਆ ਜਿਹੜਾ ਪਾਕਿਸਤਾਨ 'ਚ ਰਹਿ ਗਿਆ 2 ਜੁਲਾਈ 1936 ਨੂੰ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਦੇ ਪਿੰਡ ਬਾਰਾਚੋਆ 'ਚ ਆਇਆ। ਇਹ ਪ੍ਰਦਰਸ਼ਨੀ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ 'ਚ ਵੀ ਲਾਈ ਜਾਣੀ ਹੈ ਤਾਂ ਜੋ ਸਾਰਾ ਪੰਜਾਬ ਸ਼ਿਵ ਕੁਮਾਰ ਬਟਾਲਵੀ ਦੀਆਂ ਤਸਵੀਰਾਂ ਦੇਖ ਸਕੇ। 44 ਸਾਲ ਬਾਅਦ ਸ਼ਿਵ ਕੁਮਾਰ ਬਟਾਲਵੀ ਦਾ ਇਹਨਾਂ ਤਸਵੀਰਾਂ 'ਚ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਤਸਵੀਰਾਂ ਨੇ ਬਿਆਨਿਆ ਫਕੀਰ ਦਾ ਹਾਲ। ਇਹ ਸੀ ਇੱਕ ਵਿਸ਼ੇਸ਼ ਰਿਪੋਰਟ। ਕਰਜ਼ੇ ਤੋਂ ਪਰੇਸ਼ਾਨ ਬੁੜਲਾਡਾ ਦੇ ਪਿੰਡ ਟਾਲੀਆਂ ਅਤੇ ਰੰਗਿਆੜ ਦੇ ਦੋ ਨੌਜਵਾਨ ਕਿਸਾਨਾਂ ਨੇ ਕਾਲਸਾ ਪਰੇਪੀਕੇ ਖੁਦਕੁਸ਼ੀ ਕਰ ਲਈ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਪਰਿਵਾਰਾਂ ਮ੍ਰਿਤਕ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਰਖੜਪੁੰਨਿਆਂ ਦੇ ਮੌਕੇ ਤੇ ਕਾਂਗਰਸ ਦੀ ਰੈਲੀ ਵਿੱਚ ਪਾਰਟੀ ਦੇ ਨੇਤਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ ਮੰਚ ਵਿੱਚ ਬੁਲਾ ਰਏ ਨੇ ਕਾਂਗਰਸ ਵਰਕਰਾਂ ਦੇ ਪਿਛਲੇ 10 ਸਾਲਾਂ ਦੌਰਾਨ ਹੋਏ ਅਤਿਆਚਾਰ ਦਾ ਬਦਲਾ ਲੈਣ ਦੀ ਗੱਲ ਕਹੀ ਹੈ ਉੱਥੇ ਪੰਜਾਬ ਨੂੰ ਕਾਰਜਦਾਰੀ ਤੇ ਇਥੋਂ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਲਈ ਬਾਦਲ ਪਰਿਵਾਰ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਹੈ ਕਾਂਗਰਸ ਦੇ ਸਟਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ ਪਿਛਲੇ 10 ਸਾਲਾਂ ਤੱਕ ਸ਼ਿਸਕ ਦਾ ਰਿਆ ਤੇ ਬਾਦਲੈਂਡ ਕੰਪਨੀ ਮੌਜ ਕਰਦੀ ਰਹੀ ਸਿੱਧੂ ਨੇ ਆਖਿਆ ਕਿ ਬਾਦਲ ਸਰਕਾਰ ਦੇ ਰਾਜ ਭਾਗ ਵਿੱਚ ਥਾਣਿਆਂ ਵਿੱਚ ਆਮ ਲੋਕਾਂ ਨੂੰ ਇਨਸਾਫ ਨਹੀਂ ਸੀ ਮਿਲਦਾ ਤੇ ਅੱਜ ਬਾਦਲੈਂਡ ਕੰਪਨੀ ਕਾਨੂੰਨੀ ਵਿਵਸਥਾ ਦੀ ਗੱਲ ਕਰਦੀ ਹੈ ਉਨਾਖੇ ਕੀ ਬਦਲ ਨੇ ਆਪਣੀਆਂ ਬੱਸਾਂ ਤੇ 1.5 ਰੁਪਏ ਅਤੇ ਪੰਜਾਬ ਦੀਆਂ ਬੱਸਾਂ ਤੇ 5 ਰੁਪਏ ਟੈਕਸ ਲਾ ਕੇ ਸਰਕਾਰ ਨੂੰ ਰੋਟਿਆ ਕੇਬਲ ਮਾਫੀਆ ਸੰਬੰਧੀ ਉਹਨਾਂ ਆਖਿਆ ਕਿ ਇਸ ਲਈ ਇਸ ਨੂੰ ਬਖਸ਼ਿਆ ਤਾਂ ਜੋ ਆਪਣੀ ਪਾਰਟੀ ਦੇ ਗੂੰਗਾਨ ਕਰਦੇ ਰਹਿਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਉਹਨਾਂ ਆਖਿਆ ਕਿ ਅੱਜਕੱਲ ਉਹ ਪੰਜਾਬ ਵਿੱਚ ਨਹੀਂ ਦਿਖਦੇ ਤੇ ਆਏ ਸੰ ਪੰਜਾਬ ਕਰਨ ਪੰਜਾਬ ਤੇ ਰਾਜ ਕਰਨ ਉਹਨਾਂ ਆਖਿਆ ਕਿ ਉਲਟਾ ਆਪਣੀ ਪਾਰਟੀ ਦਾ ਉਹਨਾਂ ਜਲੂਸ ਕੱਢ ਦਿੱਤਾ ਇਸ ਮੌਕੇ ਤੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਬਾਬਾ ਬਕਾਲਾ ਨੂੰ ਨਗਰ ਪੰਚਾਇਤ ਦਾ ਦਰਜਾ ਦਿੰਦਿਆਂ ਰਈਆ ਬਲਖ ਨੂੰ 1 ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਹਾਲੇ ਵੀ ਕਾਂਗਰਸੀ ਵਰਕਰਾਂ ਨੂੰ ਥਾਣੇ ਵਿੱਚ ਸਨਮਾਨ ਨਹੀਂ ਮਿਲਦਾ ਇਸ ਦਾ ਕਾਂਗਰਸ ਨੇ ਸਖਤ ਨੋਟਿਸ ਲਿਆ ਹੈ। ਤੇ ਕਾਂਗਰਸ ਦੇ ਹਰ ਵਰਕਰ ਨੂੰ ਮਾਨ ਸਨਮਾਨ ਮਿਲੇ ਕਿਉਂਕਿ ਹਰ ਵਰਕਰ ਪਾਰਟੀ ਦੀ ਜਾਨ ਹੈ। ਹਾਲੇ ਵਿੱਚ ਸਿੱਧੂ ਸਮੇਤ ਹੋਰਨਾ ਨੇਤਾਵਾਂ ਨੇ ਐਸਜੀਪੀਸੀ ਤੇ ਨਿਸ਼ਾਨਾ ਸਾਧਿਆ। ਐਸਜੀਪੀਸੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਪ੍ਰਭਾਵ ਹੋਂ ਦੀ ਵਜ੍ਹਾ ਨਾਲ ਉਹਨਾਂ ਆਖਿਆ ਕਿ ਇਸ ਦੇ ਜ਼ਰੀਏ ਵੀ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾਵਾ ਕੀਤਾ ਕਿ ਗੁਰਦੁਆਰਿਆਂ ਦੀ ਐਸਜੀਪੀਸੀ ਨੂੰ ਮੁਕਤ ਕਰਾਉਣਾ ਹੋਏਗਾ ਕਾਂਗਰਸ ਦੇ ਵਿਧਾਇਕ ਡਾਕਟਰ ਰਾਜਕਮਰ ਵੀਰਕਾ ਨੇ ਆਖਿਆ ਕਿ ਜ਼ਬਰ ਵਿਰੋਧੀ ਰੈਲੀ ਕੇਵਲ ਡਰਾਮਾ ਤੇ ਬਾਦਲ ਦੇ ਰਾਜਕਾਲ ਵਿੱਚ ਸਭ ਤੋਂ ਵੱਧ ਕਾਂਗਰਸੀ ਵਰਕਰਾਂ ਤੇ ਅਤਿਆਚਾਰ ਤਰਨਤਰਨ ਵਿੱਚ ਹੋਇਆ ਸੀ ਤੇ ਸਰਕਾਰ 1 ਲੱਖ ਨੌਕਰੀ ਜਲਦ ਦੇਣ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਕਰਜ਼ਾ ਮਾਫੀ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰੇ ਤੇ ਸਾਬਕਾ ਸਰਕਾਰ ਦੇ ਕਾਰਜਕਾਲ ਦੌਰਾਨ ਜਿੰਨੇ ਵੀ ਗਲਤ ਪਰਚੇ ਕਾਂਗਰਸੀਆਂ ਦੇ ਦਰਜ ਹੋਏ ਆ ਉਹਨਾਂ ਨੂੰ ਕੈਨਸਲ ਕੀਤੇ ਜਾਣ ਨਵਜੋਤ ਸਿੱਧੁਰੇ ਦੋਸ਼ ਲਾਇਕ ਹੀ ਪੰਜਾਬ ਰੋਡਵੇ ਦੀਆਂ ਬੱਸਾਂ ਘਾਟੇ ਵਿੱਚ ਚੱਲਦੀਆਂ ਰਹੀਆਂ ਤੇ 500 ਕਰੋੜ ਦਾ ਘਾਟਾ ਹੋਇਆ ਤੇ ਬਦਲਦੀਆਂ ਬੱਸਾਂ 2000 ਹੋ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਵਿੱਚ ਜ਼ਬਰ ਵਿਰੋਧੀ ਰੈਲੀ ਦੇ ਲੈ ਕੇ ਉਹਨਾਂ ਆਖਿਆ ਕਿ ਉਹ ਪੁੱਲ ਨਹੀਂ ਸਕਦੇ ਕਿ 10 ਸਾਲਾਂ ਤੱਕ ਪੰਜਾਬ ਵਿੱਚ ਜ਼ਬਰ ਕੌਣ ਕਰਦਾ ਰਿਹਾ ਹੈ ਉਹਨਾਂ ਆਖਿਆ ਕਿ ਸੰਤਾ ਤੇ ਗੋਲੀਆਂ ਚੱਲਦੀਆਂ ਰਹੀਆਂ ਬੇਦਬੀ ਦਾ ਵਿਰੋਧ ਕਰਨ ਵਾਲਿਆਂ ਤੇ ਗੋਲੀਆਂ ਚੱਲੀਆਂ ਔਰਤਾਂ ਦੀ ਇੱਜ਼ਤ ਸ਼ਰਮ ਲੁੱਟਦੀ ਰਹੀ ਨਾਮਤਰਿਅਤੇ ਕੋਕਾ ਸੰਪਰਦਾਤੇ ਹਮਲਾ ਹੁੰਦਾ ਰਿਹਾ ਧਾਰਮਿਕ ਨੇਤਾਵਾਂ ਨੂੰ ਗੋਲੀ ਮਾਰੀ ਜਾਂਦੀ ਰਹੀ ਤੇ ਨਸ਼ਿਆਂ ਵਿੱਚ ਜ਼ਿੰਦਗੀ ਬਰਬਾਦ ਹੁੰਦੀ ਰਹੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਭਾਜਪਾ ਜ਼ਬਰ ਵਿਰੋਧੀ ਰੈਲੀਆਂ ਕਰ ਰਿਹਾ ਹੈ। ਬਾਬਾ ਬਕਾਲਾ ਵਿੱਚ ਰਖੜ ਪੁੰਨਿਆਂ ਦੌਰਾਨ ਤਿੰਨ ਸਥਾਨਾਂ ਤੇ ਸਿਆਸੀ ਮੰਚ ਸਜੇ ਕਾਂਗਰਸ ਦੇ ਪੰਡਾਲ ਵਿੱਚ ਬਾਕੀ ਸਿਆਸੀ ਦਲਾਂ ਤੋਂ ਜ਼ਿਆਦਾ ਭੀੜ ਸੀ। ਆਮ ਆਦਮੀ ਪਾਰਟੀ ਦੇ ਮੰਚ ਤੇ ਜਿੱਥੇ ਕਾਂਗਰਸ ਦੇ ਰਾਜਨੂ ਧੋਕੇਬਾਈ ਸਰਕਾਰ ਉੱਤੇ ਸ਼੍ਰੋਮਣੀ ਅਕਾਲੀ ਦਲ ਨੇਤਾਵਾਂ ਨੇ ਕੈਪਟਨ ਸਰਕਾਰ ਤੇ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦਾ ਦੋਸ਼ ਲਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਰਨਲਿਸਟ ਇਕਤਰ ਵਿਕਰਮ ਸਿੰਘ ਮਜੀਠਾ ਨੇ ਆਖਿਆ ਕਿ ਚੋਣਾਂ ਦੌਰਾਨ ਕਾਂਗਰਸ ਨੇ ਕਿਹਾ ਸੀ ਕਿ ਘਰ ਘਰ ਨੌਕਰੀ ਦੇਵਾਂਗੇ ਬੇਰੁਜ਼ਗਾਰੀ ਖਤਮ ਕਰ ਦੇਵਾਂਗੇ ਚੰਗੇ ਨਤੀਜੇ ਦੇਵਾਂਗੇ ਲੇਕਿਨ ਹੋਇਆ ਸਭ ਦੇ ਉਲਟ ਉਹਨਾਂ ਆਖੇ ਕਿ ਕਾਂਗਰਸ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਉਹਨਾਂ ਆਖਿਆ ਕਿ ਅੱਜ ਅਕਾਲੀ ਨੇਤਾਵਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਗੈਂਗਸਟਰ ਸ਼ਰਿਆਮ ਕਤਲ ਕਰ ਰਹੇ ਨੇ ਤੇ ਕਾਂਗਰਸ ਕੇਵਲ ਜਿੱਤ ਤੋਂ ਬਾਅਦ ਵਾਅਦੇ ਤੇ ਵਾਅਦਾ ਕਰੀ ਜਾ ਰਹੀ ਹੈ ਉਹਨਾਂ ਆਖੇ ਕਿ ਕਾਂਗਰਸ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ ਆਮ ਆਦਮੀ ਪਾਰਟੀ ਦੇ ਮਾਣਤੋ ਨੇਤ੍ਰਤਵ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖੇਰ ਨੇ ਦਾਵਾ ਕੀਤਾ ਕਿ ਕਾਂਗਰਸ ਝੂਠ ਬੋਲ ਰਹੀ ਹੈ ਰੇਤੇ ਦੇ ਠੇਕੇ ਲੈਣ ਦੇ ਪਿੱਛੇ ਕਿਸ ਦਾ ਹੱਥ ਹੈ ਸਰਕਾਰ ਹਲੇ ਤੱਕ ਜਾਂਚ ਨਹੀਂ ਕਰਾ ਸਕੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਆਖਿਆ ਕਿ ਕਾਂਗਰਸ ਸੱਤਾ ਵਿੱਚ ਆ ਕੇ ਜੇਕਰ ਕੁਝ ਵੀ ਨਹੀਂ ਕਰ ਸਕੀ ਤੇ 4 ਹਫ਼ਤਿਆਂ ਵਿੱਚ ਨਸ਼ਾ ਬੰਦ ਹੋਣ ਦਾ ਦਾਵਾ ਝੂਠਾ ਸਾਬਤ ਹੋਇਆ ਨਸ਼ਾ ਬੰਦ ਨਹੀਂ ਹੋਇਆ ਬਲਕਿ ਹੋਰ ਵਧਿਆ ਹੈ ਭਗਵੰਤ ਮਾਨ ਨੇ ਆਖਿਆ ਕਿ ਕਾਂਗਰਸ ਝੂਠੀ ਹੀ ਨਹੀਂ ਮਹਾ ਝੂਠੀ ਹੈ ਕੈਪਟਨ ਦੇ ਬਾਦਲ ਦੇ ਵਿੱਚ ਕਰ ਸਿਆਸੀ ਮੈਚ ਫਿਕਸ ਹੋ ਚੁੱਕਾ ਹੈ ਉਹਨਾਂ ਆਖੇ ਕਿ ਇਹ ਵਜ੍ਹਾ ਕਿ ਕੈਪਟਨ ਸਰਕਾਰ ਬਾਦਲੈਂਡ ਕੰਪਨੀ ਤੇ ਹੱਥ ਨਹੀਂ ਪਾ ਰਹੇ ਤੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਕੇਵਲ ਬੇਵਕੂਫ ਵੜਾ ਰਹੀ ਹੈ ਇਸ ਮੌਕੇ ਤੇ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਲਈ ਵਰਕਰਾਂ ਨੂੰ ਤਿਆਰ ਰਹਿਣ ਦੀ ਗੱਲ ਕਹਿੰਦੇ ਆਖਿਆ ਕਿ ਪੰਜਾਬ ਵਿੱਚ ਸ਼ਰਮਣੀ ਅਕਾਲੀ ਦਲ ਭਾਜਪਾ ਦਾ ਆਖਰੀ ਦੌਰ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਪਾਰਟੀ ਨੇ ਉਹਨਾਂ ਕਹਿ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੀਜੇ ਨੰਬਰ ਤੇ ਖੜਾ ਕਰ ਦਿੱਤਾ ਹੈ ਤੇ ਚੋਣਾਂ ਵਿੱਚ ਨਤੀਜੇ ਦੱਸਦੇ ਹੈ ਕਿ ਹੁਣ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿੱਥੇ ਕਾਂਗਰਸ ਪਾਰਟੀ ਦੀਆਂ ਨਜ਼ਰਾਂ ਐਸਜੀਪੀਸੀ ਟਿਕਾਈ ਹੋਈਆਂ ਉੱਥੇ ਪਾਰਟੀ ਦਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰ ਵਿਰੋਧੀ ਲਹਿਰ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਰੈਲੀਆਂ ਦੇ ਜਵਾਬ ਵਿੱਚ ਹੁਣ ਕਾਂਗਰਸ ਨੇ ਪਿਛਲੇ 10 ਸਾਲਾਂ ਤੱਕ ਪੰਜਾਬ ਵਿੱਚ ਹੋਏ ਜਬਰਦਸਤ ਹਸਾਬ ਮੰਗਨ ਦਾ ਮਨ ਬਣਾਇਆ ਹੈ ਇਸ ਤੋਂ ਇਲਾਵਾ ਪਾਰਟੀ ਵੱਲੋਂ ਐਸਜੀਪੀਸੀ ਨੂੰ ਮੌਜੂਦਾ ਪ੍ਰਬੰਧਕੀ ਟੀਮ ਨੂੰ ਪਾਸੇ ਕਰਨ ਦਾ ਸੱਦਾ ਵੀ ਦਿੱਤਾ ਜਾਏਗਾ ਕਾਂਗਰਸ ਦੇ ਨੇਤਾਵਾਂ ਨੇ ਬਾਬਾ ਬਕਾਲਾ ਦੀ ਧਰਤੀ ਤੇ ਮੰਚ ਤੋਂ ਸੱਦਾ ਦਿੱਤਾ ਕਿ ਐਸਜੀਪੀਸੀ ਹੁਣ ਗੁਰਦੁਆਰਿਆਂ ਦੀ ਸਾਮ ਸੰਭਾਲ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਕਰ ਰਹੀ ਹੈ ਉਹਨਾਂ ਆਖਿਆ ਕਿ ਐਸਜੀਪੀਸੀ ਦੀਆਂ ਇਸ ਵਾਰ ਚੋਣਾਂ ਵਿੱਚ ਇਹਨਾਂ ਨੂੰ ਹਾਰ ਦੇਣ ਲਈ ਤਿਆਰੀ ਕਾਂਗਰਸ ਨੂੰ ਇੱਕਜੁੱਟ ਹੋ ਕੇ ਕਰਨੀ ਚਾਹੀਦੀ ਹੈ ਤਾਂ ਜੋ ਤਾਂ ਸਖਤ ਤਾਲਤ ਸਾਲ ਤੱਕ ਚੱਲਿਆ ਧਾਰਮਿਕ ਸੰਸਥਾ ਤੇ ਸਿਆਸੀ ਪਾਰਟੀ ਵਿਚਕਾਰ ਗੱਟਚੋੜ ਟੁੱਟ ਸਕੇ ਕਾਂਗਰਸੀ ਨੇਤਾਵਾਂ ਨੇ ਰੈਲੀ ਵਿੱਚ ਇਕੱਠੇ ਇਕੋ ਸਰਵੇ ਵਿੱਚ ਸੌਹ ਚੁੱਕੀ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰ ਤੋਂ ਹਟਾਉਣਾ ਤੇ ਗੁਰਦੁਆਰਿਆਂ ਤੋਂ ਬਾਦਲ ਦੀ ਹੋਂਦ ਨੂੰ ਮਟਾਉਣਾ ਉਹਨਾਂ ਆਖਿਆ ਕਿ ਐਸਜੀਪੀਸੀ ਸਦਾ ਬਾਦਲਾਂ ਦੀ ਹਤਾਸ਼ੀ ਰਹੀ ਹੈ ਤੇ ਬਾਦਲੈਂਡ ਕੰਪਨੀ ਅਤੇ ਐਸਜੀਪੀਸੀ ਦੇ ਕਈ ਅਹੁਦੇਦਾਰਾਂ ਵਿੱਚਕਾਰ ਗੱਟਚੋੜ ਦਾ ਖੁਲਾਸਾ ਹੋਏਗਾ ਤੇ ਕਾਂਗਰਸ ਹਰ ਪਹਿਲੂ ਤੇ ਜਾਂਚ ਕਰੇਗੀ ਉਨ੍ਹਾਂ ਦੋਸ਼ ਲਾਇਆ ਕਿ ਐਸਜੀਪੀਸੀ ਕੇਵਲ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰਦੀ ਹੈ ਪੰਚਾਇਤ ਮੰਤਰੀ ਸ੍ਰੀਪਤ ਰਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਕਾਂਗਰਸ ਤੇ ਪੰਜਾਬ ਨੇ ਭਰੋਸਾ ਕੀਤਾ ਤੇ ਹੁਣ ਉਹ ਭਰੋਸਾ ਦਵਾਉਂਦੇ ਆ ਕਿ ਪੰਜਾਬ ਦੇ ਆਵਾਮ ਨੂੰ ਕੈਪਟਨ ਸਰਕਾਰ ਸਾਰੀਆਂ ਸਹੂਲਤਾਂ ਦੇਣਗੇ ਪੰਜਾਬ ਡੈਰੀ ਵਿੱਚ ਅੱਜ ਦੇ ਪ੍ਰੋਗਰਾਮ ਲਈ ਬਸ ਐਨਆਈ ਮਿਲਦੇ ਆ ਕੱਲ ਸਤਿ ਸ਼੍ਰੀ ਅਕਾਲ